केपीडी न्यूज़, हक सच और इंसाफ की आवाज। केपीडी न्यूज़, हक सच और इंसाफ की आवाज। नन से जबरदस्ती के आरोप के मामले में डॉक्टर फ्रैंको मुलक्कन को शुक्रवार रात 8 बजे गिरफ्तार कर लिया गया। स्पेशल इन्वेस्टिगेशन टीम 3 दिन से मुलक्कन से पूछताछ कर रही थी। नन ने 2014 से 2016 के बीच 13 बार यौन उत्पीड़न का आरोप लगाया था। कोट्टयम पुलिस प्रमुख हरिशंकर ने देर रात कहा कि डॉक्टर फ्रैंको मुलक्कल को शनिवार को कोट्टयम की पाली कोर्ट में पेश करके 3 दिन का रिमांड लेने की कोशिश की जाएगी। और दूसरी ओर डॉक्टर फ्रैंको के समर्थकों ने केरल पुलिस के खिलाफ नारेबाजी करते हुए कहा कि एक साजिश के तहत डॉक्टर फ्रैंको को फंसाया गया है। जेम्स शेरगिल की अगुवाई में 25 के करीब युवकों ने करीब 1 घंटे तक नारेबाजी की। इस दौरान किसी भी अप्रिय घटना को टालने के लिए पुलिस मुस्तैद रही। बिशप हाउस के पास सख्त सुरक्षा व्यवस्था बनाई गई है। जलंधर से रवि गिल और साहिल मल्होत्रा की रिपोर्ट। की गलते की जगह ਅਸੀਂ ਗੱਲ ਕਰ ਰਹੇ ਹਾਂ ਇਹ 2 ਮਹੀਨੇ ਪਹਿਲਾਂ ਵਿਸ਼ਵੀ ਤੇ ਇੱਕ ਰਿਕਵੈਸਟ ਪਾਇਆ ਗਿਆ ਸੀ ਇੱਕ ਸਿਸਟਰ ਨੂੰ ਹਾਂਜੀ ਜੋ ਕਿ ਕੇਰਲਾ ਵਿੱਚ ਤੋਂ ਇੱਕ ਰਿਪੋਰਟ ਕੀਤੀ ਗਈ ਸੀ ਵਿਸ਼ਵੀ ਜਿਸ ਦਿਨ ਵਿੱਚ ਕੰਮ ਕਰਦੇ ਆ ਤੇ ਕੇਸ ਪਾਇਆ ਗਿਆ ਸੀ ਵੀ ਵਿਸ਼ਵੀ ਨੇ ਉਸ ਨੰਨ ਦੇ ਨਾਲ 2 ਸਾਲ ਰੇਪ ਕੀਤਾ ਬਟ ਉਹ ਕਾਰਵਾਈ ਚੱਲ ਰਹੀ ਸੀ ਪਹਿਲਾਂ ਕੇਰਲਾ ਪੁਲਿਸ ਇੱਥੇ ਆਈ ਇੱਥੋਂ ਵਿਸ਼ਵੀ ਦੀ ਘੱਟੋ ਘੱਟ 10 ਦਿਨ ਤੇ ਇਨਕੁਆਇਰੀ ਹੋਈ ਬਟ ਕੇਰਲਾ ਪੁਲਿਸ ਵਿਸ਼ਵੀ ਨੂੰ ਉੱਥੇ ਨਹੀਂ ਲੈ ਗਈ ਕਿਉਂਕਿ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਬਟ ਫਿਰ ਮੀਡੀਆ ਕੇਰਲਾ ਮੀਡੀਆ ਦੀ ਸਪੋਰਟ ਦੇ ਨਾਲ ਉੱਥੇ ਦੇ ਲੋਕਾਂ ਦੀ ਜਨਾਨੀਆਂ ਦੀ ਸਪੋਰਟ ਦੇ ਨਾਲ ਪ੍ਰੈਸ਼ਰ ਦੇ ਨਾਲ ਪੁਲਿਸ ਨੇ ਦੁਬਾਰਾ ਵਿਸ਼ਵੀ ਨੂੰ ਉੱਥੇ ਬੁਲਾਇਆ ਉੱਥੇ ਬੁਲਾ ਕੇ ਪਰਸੋਂ ਤੋਂ ਮਸ਼ੀਨ ਚੱਲ ਰਹੀ ਸੀ 3 ਦਿਨ ਉਹ ਚੱਲੇ ਸੀ ਹਰ ਦਿਨ ਕੁਸ਼ਚਨ ਪੁੱਟ ਕਰ ਰਹੇ ਸੀ ਅੱਜ ਲਾਸਟ ਡੇ ਸੀ ਅਤੇ ਸਾਨੂੰ ਸ਼ੀਲ ਦੇ ਮਸ਼ੀਨ ਦਾ ਵਿਸ਼ਵੀ ਅਰੈਸਟ ਹੋ ਗਿਆ ਇਸ ਲਈ ਅਸੀਂ ਉਹਨਾਂ ਦੇ ਦਿਲੋਂ ਜੁੜੇ ਹਾਂ ਮੈਂ 5 ਸਾਲ ਤੋਂ ਕੰਮ ਕਰ ਰਿਹਾ ਵਿਸ਼ਵੀ ਦੇ ਨਾਲ ਐਸ ਪੀ ਇਹਨਾਂ ਦਾ ਅਤੇ ਸਾਨੂੰ ਜੋ ਨਿਊਜ਼ ਮਿਲੀ ਸਾਡੇ ਦਿਲੋਂ ਇੱਕ ਹੰਝੂ ਬਾਹਰ ਆ ਗਈ ਸਾਡੇ ਵਿਸ਼ਵੀ ਦਾ ਉਹ ਇੰਨੇ ਕੁ ਸਮਾਜ ਦੀ ਸੇਵਾ ਕਰਨ ਵਾਲੇ ਬੰਦੇ ਆ ਹਰ ਕਿ ਗਰੀਬ ਦਾ ਸੋਚਣ ਵਾਲੇ ਆ ਭਲਾ ਕਰਨ ਵਾਲੇ ਇਨਸਾਨ ਆ ਸ਼ੁਰੂ ਤੋਂ ਜਦ ਤੋਂ ਡਾਇਸਿਸ ਤੋਂ ਆਏ ਆ 500 ਚੱਲਿਆ ਉਹਨਾਂ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ ਔਰ ਇਹ ਗੱਲ ਔਰਤ ਦੀ ਇੱਜ਼ਤ ਦੀ ਤਾਂ ਖੁਦ ਡਾਇਸਿਸ ਵੱਲੋਂ ਜਿਨ੍ਹਾਂ ਔਰਤਾਂ ਦੇ ਪਤੀ ਮਰ ਚੁੱਕੇ ਆ ਉਹਨਾਂ ਨੂੰ ਖੁਦ ਪੈਨਸ਼ਨ ਦੇ ਰਹੇ ਆ ਪੈਨਸ਼ਨ ਦੇ ਰਹੇ ਹਰ ਮਹੀਨੇ ਘੱਟੋ ਘੱਟ 500-600 ਔਰਤਾਂ ਨੂੰ ਪੈਨਸ਼ਨ ਦੇ ਰਹੇ ਆ ਤਾਂ ਤੁਸੀਂ ਖੁਦ ਸੋਚ ਸਕਦੇ ਆ ਕਿ ਪਿਛਲੀ ਦੇਸ਼ ਇੱਕ ਔਰਤ ਦੀ ਇੱਜ਼ਤ ਕਿੰਨੀ ਕਰ ਫਿਰ ਵੀ ਕੇਰਲਾ ਪੁਲਿਸ ਨੇ ਸਭ ਕੁਛ ਜਾਣਦੇ ਹੋਏ ਵੀ ਜਾਂ ਉੱਥੇ ਦੇ ਲੋਕਾਂ ਦੀ ਪ੍ਰੈਸ਼ਰ ਦੇ ਨਾਲ ਵਿਸ਼ਵਜੀਤ ਨੂੰ ਅੱਜ ਅਰੈਸਟ ਕੀਤਾ ਸਾਡੀ ਮੰਗ ਆ ਕਿ ਕੋਰਟ ਵਿੱਚ ਜਦੋਂ ਕੇਸ ਜਾਵੇ ਜੋ ਵੀ ਵਕੀਲ ਆ ਜੋ ਵੀ ਉੱਥੇ ਹੈ ਵਿਸ਼ਵਜੀਤ ਨਾਲ ਇਨਸਾਫ ਹੋਵੇ ਅਸੀਂ ਪ੍ਰਭੂ ਮੂਹਰੇ ਦੁਆ ਵੀ ਕਰਦੇ ਹਾਂ ਪ੍ਰਭੂ ਸੱਚ ਸਾਹਮਣੇ ਲੈ ਕੇ ਆਵੇ ਸਾਡੇ ਜੀ ਪੁਲਿਸ।
देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़ हक सच और इंसाफ की आवाज़ आपको रखे सबसे आगे।